ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਸਾਰੇ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ। ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਹਿਦੀਆਂ ਕਲਾਂ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਦਿਖਾਉਣੀਆਂ ਵਾ, ਸ਼ੌਂਕੀ ਵੀਰ ਕੋਲ ਆਪਾਂ ਆਏ ਹਾਂ ਅਤੇ ਦੋਵੇਂ ਸੂਈਆਂ ਸਵਾਈਆਂ ਵਾ ਜਿਹੜੀਆਂ ਵਾ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਅਤੇ ਇੱਕ ਤੁਹਾਨੂੰ ਬਿਲਕੁਲ ਨੋਰਮਲ ਜਿਹੇ ਰੇਟ 'ਚ ਤੁਹਾਨੂੰ ਦਿਖਾਵਾਂਗੇ, ਉਹ ਵੀ ਤਾਜ਼ੀ ਸੂਈ ਆ, ਅਤੇ ਇੱਕ ਤੁਹਾਨੂੰ ਆ ਚੰਗੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਜਰਸੀ ਤੁਹਾਨੂੰ ਦਿਖਾਉਣੀ ਹੈ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਵਧੀਆ ਵਧੀਆ ਤੁਸੀਂ ਦੱਸੋ। ਚਲੋ ਵਧੀਆ, ਕਿਰਪਾ ਚਾਹੀਦੀ ਜੀ, ਅਤੇ ਇੱਕ ਦੋ ਨਾਗੇ ਪਾ ਦੇ ਜੀ। ਠੀਕ ਆ, ਆਹ ਕੰਮ ਵੀ ਚੱਲਣ ਦਿਆ ਚੱਲਦਾ। ਠੀਕ ਆ, ਉਹੀ ਆਖਣ ਦੇ ਕਿ ਮੀਂਹ 'ਚ ਲੋਕ ਛੱਤਾਂ ਛੁੱਤਾਂ ਪੱਕੀਆਂ ਕਰਦੇ, ਤੁਸੀਂ ਜਿਹੜੀ ਹੈਗੀ ਉਹ ਵੀ ਡਾਤੀ ਜੇ। ਠੀਕ ਆ ਠੀਕ ਠੀਕ ਹੈ, ਹਾਂਜੀ ਹਾਂਜੀ। ਆਹ ਚਲੋ ਨਾਲੇ ਚਾਹੀਦਾ ਵੀ ਆ, ਜਦੋਂ ਆਪਾਂ ਫਿਰ ਆਪਾਂ ਜਦੋਂ ਪਸ਼ੂਆਂ ਤੋਂ ਕਮਾਈ ਕਰਨੀ ਹੈ ਤਾਂ ਆਪਾਂ ਨੂੰ ਫਿਰ ਸੇਵਾ ਵੀ ਪੂਰੀ ਕਰਨੀ ਚਾਹੀਦੀ। ਠੀਕ ਆ, ਅਤੇ ਠੀਕ ਆ, ਕਿੰਨਾ ਚਿਰ ਹੋਇਆ ਸੂਈ ਨੂੰ? ਅੱਛਾ, ਮਗਰ ਕੀ ਜੇ ਇਹਦੇ ਮਗਰ ਜਰਸੀ ਵੱਛੀ ਜੀ, ਇਹੋ ਜੀ ਗਾਂ ਪਿਆ ਉਹੋ ਜੀ ਮਗਰ ਵੱਛੀ ਜੀ, ਵੱਛੀ ਮਗਰ ਚੰਗੀ ਆ, ਅਤੇ ਥਾਣੇ ਵੀ ਇਹਦੇ ਦੇਖ ਸਕਦੇ ਲਾਗੇ ਤੋਂ, ਚੰਗਾ ਥਾਣੇ ਆ ਦਿਖਾਈ ਤੋਂ ਹੈਗੀ, ਠੰਡੀ ਦੇਰੀ ਆ ਜਿਹੜੀ। ਠੀਕ ਆ, ਅਤੇ ਕਿੰਨਾ ਦੁੱਧ ਤਿਆਰ ਜੀ ਇਹਦੇ ਕੋਲ? ਹਾਂ ਦੇਖ ਸਕਦੇ ਹਵਾਨਾ ਇਹਦਾ ਲਾਗੇ ਤੋਂ, ਬਾਕੀ ਗਾਹਣ ਵੀ ਹਵਾਨਾ ਕਾਫੀ ਚੰਗਾ ਵਾ ਜਿਹੜਾ, ਇਹਦਾ ਗਾਹਣਾ ਵੀ ਚੰਗਾ ਬਣਾਇਆ ਵਾ ਹਵਾਨਾ, ਅਤੇ ਮਿਲ ਕੇ ਮੈਨੂੰ ਵੀ ਕਾਫੀ ਮੋਟੀ ਲੱਗੀ ਹੈ, ਬਾਕੀ ਕੋਈ ਸਾਂਭਲਾ ਕੋਈ ਵੀਰ ਖੜੇ ਤਾਂ ਦੁੱਧ ਦਿੰਦੇ ਜਿਹੜਾ ਵਾ ਚੰਗਾ ਕੱਢੀ ਜਾਣਾ ਵਾ, ਕੱਦ ਕਾਠ ਵੀ ਇਹਦਾ ਚੰਗਾ ਵਾ। ਅਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਹੈ? ਹਾਂਜੀ ਅੱਛਾ, 47,000 ਦੀ ਦੇ ਦਓਗੇ, ਪੂਰੇ 45 ਦੇ ਦੀ ਹੈ ਫਿਰ। ਠੀਕ ਹੈ, ਖੁੱਲ੍ਹਾ ਕਰ ਦੋਗੇ ਮਨ ਤਨ ਕੇ, ਅਤੇ ਹੁਣ 16 ਲੀਟਰ ਜਿਹੜਾ ਬਿਲਕੁਲ ਚਵਾ ਦੋਗੇ ਘਰ, ਅਤੇ ਬਾਕੀ ਕੋਈ ਦੁੱਧੋਂ ਵੱਧ ਜੂਗੀ ਹੋਰ? ਹਾਂਜੀ, ਅੱਛਾ 20 ਕਿਲੋ ਦੁੱਧ ਚਵਾ, ਹਾਂਜੀ ਹਾਂਜੀ। ਤੇ ਹੁਣ ਇੱਕ ਆ ਹੌਲਾ ਭਾਜੇ, ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾਲ? ਅੱਛਾ, ਇਹਦੇ ਮਗਰ ਵੱਛਾ ਜੀ, ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ? ਪੱਕਾ ਤਿਆਰ ਆ, ਖੋਲੋ ਫਿਰ ਤੋਰ ਦਈਏ। ਬ
ਬਾਕੀ ਇਹਦੀ ਵੀ ਥੋੜ੍ਹੀ ਜਿਹੀ ਸਾਂਭ ਘੱਟ ਹੋਈ ਆ, ਜੇ ਕੋਈ ਸਾਂਭ ਵਾਲਾ ਕੋਈ ਵੀਰ ਲੈ ਜੇ ਅਤੇ ਦੁੱਧ ਵੀ ਚੰਗਾ ਭਰੀ ਜਾਊਗੀ। ਬਾਕੀ ਗਾੜੀ ਵੀ ਸਿਆਲ ਆਉਂਦੇ ਆ, ਦੁੱਧ ਵਾਲਾ ਮੌਸਮ ਆਉਂਦਾ ਵਾ ਗਾੜੀ, ਹੁਣ ਮੌਸਮ ਦਾ ਜਿਹੜਾ ਹੁਣ ਅੱਗੇ ਨਾਲ ਥੋੜ੍ਹਾ ਫਰਕ ਪੈ ਗਿਆ ਵਾ, ਥਾਂ ਇਹਦੇ ਕੋਲ ਵੀ ਚੰਗਾ ਲੱਗਾ। ਦੇਖ ਸਕਦੇ ਥਾਂ ਅਤੇ ਇਹਦਾ ਫਿਰ ਮੁੱਲ ਅੱਠ ਨੌ ਲੀਟਰ ਚਵਾ ਦੋ ਬਿਲਕੁਲ ਮੌਕੇ ਤੇ। ਬਾਕੀ ਇਹ ਕਿ ਚਲੋ ਇਹ ਵੀ ਤਾਜ਼ੀ ਆ, ਤੇ ਸਜੇ ਦੁੱਧ ਇਹਨਾਂ ਨੇ ਜਿਹੜਾ ਵਾ ਸਾਲਾਂ ਤੱਕ ਚੋਣਾ ਰਮਾਨ ਨਾਲ ਬਾਕੀ ਆਪਣੀ ਕੋਈ ਸਮਝਣਾ ਵੇਸ ਚਾਹ ਕੇ ਖੜੇ ਜੀ।